ਰੰਗੀਨ ਪਾਣੀ ਨੂੰ ਬੋਟਲ ਵਿੱਚ ਪਾ ਲਵੋ, ਛੋਟੀ ਮੋਰੀ ਕਰ ਲਵੋ ਢੱਕਣ ਵਿੱਚ ਅਤੇ ਫਿਰ ਬੋਟਲ ਬੰਦ ਕਰ ਲਵੋ। ਥੰਮ ਟੈਕ ਨਾਲ ਬੋਟਲ ਦੇ ਨੀਚੇ ਇੱਕ ਸੁਰਾਖ ਕਰ ਲਵੋ। ਜਿਵੇਂ ਹੀ ਪਾਣੀ ਦਾ ਢੱਕਣ ਖੁੱਲ੍ਹੇਗਾ ਪਾਣੀ ਦਾ ਫੁਹਾਰਾ ਨਿਕਲੇਗਾ, ਜਿਵੇਂ ਹੀ ਫਿਰ ਢੱਕਣ ਬੰਦ ਕਰੋਗੇ ਫੁਹਾਰਾ ਬੰਦ ਹੋ ਜਾਏਗਾ। ਇਹ ਬਹੁਤ ਵਧੀਆ ਲੱਗਦਾ ਹੈ।